ਜਿੱਦਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਅੱਜਕੱਲ ਕਰੋਨਾ ਨੇ ਪੂਰੇ ਸੰਸਾਰ ਨੂੰ ਆਪਣੇ ਜਾਲ ਵਿੱਚ ਜਕੜਿਆ ਹੋਇਆ ਹੈ। ਇਹ ਬਿਮਾਰੀ ਹੁਣ ਪੂਰੇ ਭਾਰਤ ਵਿੱਚ ਬਹੁਤ ਹੀ ਤੇਜ਼ੀ ਨਾਲ ਫੈਲ ਰਹੀ ਹੈ। ਇੱਥੋਂ ਤੱਕ ਕਿ ਹਰ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣੇ-ਹੁਣੇ ਇੱਕ ਹੋਰ ਖਬਰ ਜੋ ਸਾਡੇ ਕੋਲ ਪਹੁੰਚੀ ਹੈ ਕਿ ਸ਼੍ਰੀਨਗਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਜੋ ਅਤਵਾਦੀਆਂ ਨਾਲ ਮੁਕਾਬਲਾ ਚੱਲ ਰਿਹਾ ਸੀ ਉਹ ਹੁਣ ਖਤਮ ਹੋ ਗਿਆ ਹੈ। ਖਬਰਾਈ ਹੈ ਕਿ ਉਸ ਵਿੱਚ ਸ਼ਾਮਲ ਪੰਜ ਦੇ ਪੰਜ ਅਤਵਾਦੀ ਮਾਰੇ ਗਏ ਹਨ ਪਰ ਨਾਲ ਹੀ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਇਸ ਮੁਕਾਬਲੇ ਵਿੱਚ ਭਾਰਤ ਨੇ ਵੀ ਆਪਣਾ ਇੱਕ ਬਹਾਦਰ ਨੌਜਵਾਨ ਖੋ ਲਿਆ ਹੈ। ਅਤੇ ਉਸ ਸ਼ਹੀਦ ਦਾ ਨਾਮ ਹੀਰਾ ਸਿੰਘ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਕੱਲੇ ਹੀਰਾ ਸਿੰਘ ਨੇ ਹੀ ਪੰਜਾਬ ਵਿੱਚੋਂ ਚਾਰ ਅਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਹਨਾਂ ਦਾ ਮ੍ਰਿਤਕ ਦੇ ਕਾਨੂੰਨ ਉਹਨਾਂ ਦੇ ਪੇਡ ਲਿਆਂਦੀ ਜਾਵੇਗੀ ਜਿੱਥੇ ਪੂਰੇ ਹੀ ਸਨਮਾਨ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।